ਦੋਸਤੋ, ਇੱਕ ਗਜ਼ਲ ਹਾਜ਼ਰ ਹੈ ਤੁਹਾਡੇ ਵਾਸਤੇ ਮੇਰੀ ਚੋਣਵੀਂ ਗਜ਼ਲ ਪੁਸਤਕ ਇਤਫਾਕ ਵਿੱਚੋਂ ਕਿ ਵਰਿਆਂ ਪਿੱਛੋਂ ਇੱਕ ਵੀ ਸੁਪਨਾ ਹੋਇਆ ਜੇ ਸਾਕਾਰ ਨਹੀਂ ਹੈ। ਵਰਿਆਂ ਪਿੱਛੋਂ ਇੱਕ ਵੀ ਸੁਪਨਾ ਹੋਇਆ ਜੇ ਸਾਕਾਰ ਨਹੀਂ ਹੈ, ਸਮਝ ਲਵੋ ਕਿ ਸਾਡੇ ਪੱਲੇ ਤਿੱਖੀ ਕਲਮ ਕਟਾਰ ਨਹੀਂ ਹੈ। ਮੇਰੀ ਪਿੱਠ ਦੇ ਪਿੱਛੇ ਪਿੱਛੇ ਧੂੜ, ਚੁਗਲੀਆਂ, ਹੋਰ ਬੜਾ ਕੁਝ, ਇਹ ਸਾਰਾ ਕੁਝ ਹੁੰਦਿਆਂ ਸੁਣਦਿਆਂ ਮੱਠੀ ਹੁਣ ਰਫਤਾਰ ਨਹੀਂ ਹੈ। ਆਪ ਬੈਠਾ ਹੈ ਭੇਸ ਬਦਲ ਕੇ, ਅੱਜ ਫਿਰ ਕਿੰਨੀਆਂ ਸਦੀਆਂ ਮਗਰੋਂ, ਔਰੰਗਜ਼ੇਬ ਅਜੇ ਵੀ ਉਹੀ, ਤਾਂਹੀਓ ਸਾਡਾ ਯਾਰ ਨਹੀਂ ਹੈ। ਆਪ ਬੈਠਾ ਹੈ ਭੇਸ ਬਦਲ ਕੇ, ਅੱਜ ਫਿਰ ਕਿੰਨੀਆਂ ਸਦੀਆਂ ਮਗਰੋਂ, ਔਰੰਗਜ਼ੇਬ ਅਜੇ ਵੀ ਉਹੀ, ਤਾਂਹੀਓ ਸਾਡਾ ਯਾਰ ਨਹੀਂ ਹੈ। ਆਪੋ ਆਪਣੇ ਕਿਲਿਆਂ ਖਾਤਰ ਮਰ ਚੱਲੇ ਹੋ ਜੰਗਾਂ ਲੜਦੇ, ਅਮਨ ਦੀ ਰਾਖੀ ਖਾਤਰ ਬਣਿਆ ਅੱਜ ਤੱਕ ਕਿਉਂ ਹਥਿਆਰ ਨਹੀਂ ਹੈ। ਸੰਗਤ ਦੇ ਵਿੱਚ ਪੰਗਤ ਲਾ ਕੇ ਬਹਿ ਜਾਵੋ ਜੋ ਬਹਿਣਾ ਚਾਹੋ, ਧਰਮਸਾਲ ਦਾ ਧਰਮ ਨਿਭਾਓ, ਇਹ ਸ਼ਾਹੀ ਦਰਬਾਰ ਨਹੀਂ ਹੈ। ਉੱਚੀ ਥਾਂ ਤੇ ਬੈਠਿਆਂ ਨੂੰ ਮੈਂ ਕਰਾਂ ਸਲਾਮਾਂ, ਨਾਮੁਮਕਿਨ ਹੈ। ਫਰਜ਼ ਨਿਭਾਵਾਂ ਪਿਤਾ ਪੁਰਖੀਆ, ਇਹ ਮੇਰਾ ਹੰਕਾਰ ਨਹੀਂ ਹੈ। ਉੱਚੋਂ ਨੀਚ ਦੇ ਝਗੜੇ ਚੇੜੇ, ਉੱਚੋਂ ਨੀਚ ਦੇ ਝਗੜੇ ਚੇੜੇ, ਵੱਧਦੇ ਜਾਂਦੇ ਕੌਣ ਨਿਬੇੜੇ, ਬੇਗਮਪੁਰ ਦੇ ਨਕਸ਼ੇ ਵਾਲਾ ਵਸਤਾ ਕਿਉਂ ਸੰਸਾਰ ਨਹੀਂ ਹੈ। ਵਰਿਆਂ ਪਿੱਛੋਂ ਇੱਕ ਵੀ ਸੁਪਨਾ ਹੋਇਆ ਜੇ ਸਾਕਾਰ ਨਹੀਂ ਹੈ, ਸਮਝ ਲਵੋ ਕਿ ਸਾਡੇ ਪੱਲੇ ਤਿੱਖੀ ਕਲਮ ਕਟਾਰ ਨਹੀਂ ਹੈ। ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਤੁਹਾਡਾ ਆਪਣਾ ਗੁਰਭਜਨ ਗਿੱਲ।